ਕਿਸੇ ਅਗਿਆਤ ਬੰਦੇ ਦਾ ਫੋਨ ਆਉਂਦਾ ਵੀ ਪਿੰਡ ਦੇ ਲੋਕ ਕੰਧਾਂ ਢਾ ਰਹੇ ਨੇ ਜੀ, ਤੇ ਤੁਰੰਤ ਮੈਂ ਮੋਟਰਸਾਈਕਲ ਚੱਕੀ ਤੇ ਮੈਂ ਪਿੰਡ 'ਚ ਪਹੁੰਚਿਆ। ਸਾਡੇ ਪਿੰਡ ਦੇ ਸਰਪੰਚ ਦੇ ਬਲਜੀਤ ਕੌਰ ਦੇ ਪਤੀ ਰਾਜੇਸ਼ ਖੜੇ ਸੀਗੇ। ਮੈਂ ਉਹਨਾਂ ਨੂੰ ਪੁੱਛਿਆ ਵੀ ਕੰਧਾਂ ਕਿਹਨੇ ਗੇਰੀਆਂ, ਕਹਿੰਦੇ ਅਸੀਂ ਗੇਰੀਆਂ, ਤੂੰ ਕਰ ਲਾ ਸਾਡਾ ਪਿੰਡ ਦੇ ਸਰਪੰਚ ਵੱਲੋਂ ਇਹ ਕਿਹਾ ਜਾਂਦਾ। ਹਾਂਜੀ, ਪਿੰਡ ਦੀ ਸਰਪੰਚ ਹੈਗੀ ਬਲਜੀਤ ਕੌਰ, ਉਹਦਾ ਪਤੀ ਹੈਗਾ ਜੀ ਰਾਜੇਸ਼ ਕੁਮਾਰ, ਉਹਨੇ ਕਿਹਾ ਵੀ ਕਰ ਲਾ ਕੀ ਕਰਦਾ। ਜੇ ਗੁਰੂ ਘਰ ਦੇ ਉੱਤੇ ਹਮਲਾ ਕਰਨਗੇ ਇਹਨਾਂ ਦੇ ਘਰ ਕਿਵੇਂ ਸੁਖੀ ਰਹਿਣਗੇ? ਅਤੇ ਅਸੀਂ ਹਜੇ ਕੁਛ ਵੀ, ਹਜੇ ਅੱਗੋਂ ਅਸੀਂ ਕੁਛ ਨਹੀਂ ਕਿਹਾ ਸੀ। ਉਹਨਾਂ ਨੇ ਡੰਡੇ ਸੋਟੇ ਕੁਹਾੜੀਆਂ ਲੈ ਰਹੇ ਸੀ ਹੱਥ 'ਚ, ਉਹਨਾਂ ਸਾਡੇ ਦੋਨੋਂ ਭਰਾਵਾਂ ਦੇ ਬਰਸਾਤੀਆਂ। ਉਹਨਾਂ ਨੇ ਸਾਨੂੰ ਕੁਛ ਨਹੀਂ ਪੁੱਛਿਆ, ਉਹਨੇ ਮੇਰੇ ਸਿਰ 'ਚ ਕੁਹਾੜੀ ਮਾਰੀ, ਠੀਕ ਹੈ ਜੀ। ਮੈਂ ਲਹੂ ਲੁਹਾਨ ਆਪਣਾ ਗੁਰਦੁਆਰਾ ਸਾਹਿਬ ਵਿੱਚ ਵੜ ਕੇ ਆਪਣੀ ਜਾਨ ਬਚਾਈ। ਤਾਂ 11 ਤਰੀਕ ਦਾ ਮਾਮਲਾ ਆ, FIR ਦਰਜ ਹੋਈ ਆ, ਕਾਰਵਾਈ ਕਿਉਂ ਨਹੀਂ ਹੋਈ ਹੈਗੀ ਔਰ ਕਿੰਨਾ 'ਤੇ ਤੁਸੀਂ ਕਾਰਵਾਈ ਕਰਵਾਈ ਹੈ? ਇਹ 5-6 ਭਰਾ ਨੇ ਜੀ, ਠੀਕ ਹੈ ਜੀ। ਆ ਪਿੰਡ ਦੇ ਸਾਹਮਣੇ ਜਿਹੜਾ ਘਰ ਹੈ ਜੀ, ਠੀਕ ਹੈ ਜੀ, ਇਸ ਇਹ ਵੀ ਵਿੱਚ ਇਨਵੋਲਵ ਸੀਗੇ 3-4 ਘਰ। ਉਹਨਾਂ ਨੇ ਸਿਰਫ ਆਉਂਦੇ ਸਾਰ ਢਾ ਲਿਆ ਵੀ ਬਸ ਅਸੀਂ ਇਹਨਾਂ ਨੂੰ ਮਾਰਨਾ ਜਾਣ ਤੋਂ। ਮਤਭੇਦ ਸੀ ਪਹਿਲਾਂ? ਕੋਈ ਮਤਭੇਦ ਨਹੀਂ ਹੈ ਸਾਡਾ ਉਹਨਾਂ ਨਾਲ। ਬੀਬੀ ਜੀ, ਪੁਰਾਤਨ 200 ਸਾਲ ਪਹਿਲਾਂ ਤੋਂ ਇਸ ਸਥਾਨ ਇੱਥੇ ਸਾਰਾ ਇਹ ਘਰ ਸਾਰੇ ਵਿਚੇ ਹੋਏ ਨੇ, ਇਹਨਾਂ ਨੇ ਵਿਚੇ ਇਸ ਸਥਾਨ। ਪੰਚਾਇਤ ਭਾਈਬੰਦੀ ਦੇ ਤੌਰ 'ਤੇ ਅਗਰ 100-200-500 ਇੰਟਾਂ ਗੁਰਦੁਆਰਾ ਸਾਹਿਬ ਲਾ ਦੇਗੀ, ਗੁਰਦੁਆਰਾ ਸਾਹਿਬ ਪੰਚਾਇਤੀ ਕੋਈ ਹੋ ਜਾਏਗਾ ਜਾਂ ਕੋਈ ਮੰਦਿਰ ਪੰਚਾਇਤੀ ਬਣ ਗਿਆ। ਮੇਰੇ ਪਿੰਡ ਦੇ ਅੰਦਰ ਪੰਚਾਇਤ ਨੇ ਅੰਬੇਡਕਰ ਘਰ ਦੇ ਵਿੱਚ ਇੰਟਾਂ ਲਾਈਆਂ ਨੇ, ਸ਼ਿਵਜੀ ਮੰਦਿਰ ਵਿੱਚ ਆਈਆਂ, ਬੜਾ ਧੰਨਵਾਦ ਇਹ। ਲੇਕਿਨ ਉਹ ਪੰਚਾਇਤ ਦਾ ਕੋਈ ਹੋ ਜਾਏਗਾ ਮੰਦਿਰ, ਉਹ ਸੰਗਤ ਦਾ ਰਹੇਗਾ, ਪਿੰਡ ਦਾ ਰਹੇਗਾ, ਨਗਰ ਦਾ ਰਹੇਗਾ, ਪੰਚਾਇਤ ਦਾ ਨਹੀਂ ਹੋਏਗਾ। ਉਹਦੀ ਸੰਭਾਲ ਪੰਚਾਇਤ ਨਹੀਂ ਕਰੇਗੀ, ਸੰਗਤ ਕਰੇਗੀ, ਸੇਵਾਦਾਰ ਕਰਨਗੇ। ਸੋ ਸਰਪੰਚ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇੱਥੇ ਨਹੀਂ ਪਹੁੰਚ ਰਹੇ, ਗੱਲਬਾਤ ਕਰਨ ਤੋਂ ਆਨਾਕਾਨੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਤੇ, ਮੈਂ ਹਰਜੀਤ ਕੌਰ। 11 ਤਰੀਕ ਨੂੰ ਸ਼ਾਹਬਾਦ ਪਿੰਡ ਦਾਊ ਮਾਜਰਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਗੁਰਦੁਆਰਾ ਸਾਹਿਬ ਦੀ 4 ਵਲਗਣ ਜਿਹੜੀ ਕੀਤੀ ਹੁੰਦੀ ਹੈ ਉਸ ਨੂੰ ਕੋਈ ਤੋੜ ਜਾਂਦਾ ਆ, ਕੰਧ ਨੂੰ ਤੋੜ ਜਾਂਦਾ ਆ, ਗੁਰਦੁਆਰਾ ਸਾਹਿਬ ਦੀ ਕੰਧ ਨੂੰ ਢਹਿ ਢੇਰੀ ਕਰ ਜਾਂਦਾ ਆ। 11 ਤਰੀਕ ਦਾ ਮਾਮਲਾ ਹੈ, ਅੱਜ 19 ਤਰੀਕ ਹੋ ਚੁੱਕੀ ਹੈ। ਜਦੋਂ ਦੋਵਾਂ ਧਿਰਾਂ ਦੇ ਵਿੱਚ ਆਪਸੀ ਮਤਭੇਦ ਹੁੰਦਾ ਆ, ਆਪਸੀ ਝਗੜਾ ਹੁੰਦਾ ਆ ਇਸ ਕੰਧ ਨੂੰ ਲੈ ਕੇ, ਰਾਤ ਦੇ ਤਕਰੀਬਨ 9:30 ਦੇ ਕਰੀਬ ਦੱਸਿਆ ਜਾ ਰਿਹਾ ਕਿ ਕੰਧ ਤੋੜੀ ਜਾਂਦੀ ਆ। ਜਦੋਂ ਕੋਈ ਗੁਰਸਿੱਖ ਪਿਆਰੇ ਆ ਕੇ ਦੇਖਦੇ ਨੇ ਤਾਂ ਉਹਨਾਂ 'ਤੇ ਹਮਲਾ ਵੀ ਕੀਤਾ ਜਾਂਦਾ ਆ, ਸਿਰ ਦੇ ਵਿੱਚ ਸੱਟ ਵੀ ਮਾਰੀ ਜਾਂਦੀ ਹੈ। ਵੀਰ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਕੀਤੀ ਜਾਂਦੀ ਸੀ। ਗ੍ਰੰਥੀ ਸਿੰਘ ਇੱਥੇ ਰੱਖਿਆ ਗਿਆ ਸੀ, ਪਾਠ ਕਰਦੇ ਸੀ। ਬਹੁਤ ਪੁਰਾਣਾ ਗੁਰਦੁਆਰਾ ਸਾਹਿਬ, ਪਿੰਡ ਦੇ ਵਿੱਚ ਰਹਿੰਦੇ ਸੀ ਪਰ ਹੁਣ ਡੇਰਿਆਂ 'ਤੇ ਚਲੇ ਗਏ ਸੀ ਰਹਿਣ। ਪਰ ਗੁਰਦੁਆਰਾ ਸਾਹਿਬ ਦਰਸ਼ਨ ਦੇ ਲਈ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕਰਨ ਲਈ ਆਉਂਦੇ ਸੀਗੇ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਕੰਧ ਢਾ ਦਿੱਤੀ ਗਈ ਆ ਤਾਂ ਉਹਨਾਂ ਨੇ FIR ਵੀ ਦਰਜ ਕਰਵਾਈ ਹੈ। ਖਾਸ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥ ਦੇ ਵਿੱਚ FIR ਹੈਗੀ ਆ, ਜਿਨ੍ਹਾਂ ਦੇ ਉੱਪਰ FIR ਦਰਜ ਕਰਵਾਈ ਹੈਗੀ ਹੈ। ਗੱਲਬਾਤ ਵੀ ਕਰ ਲਾਂਗੇ ਸਾਰਾ ਮਾਮਲਾ ਕੀ ਸੀ, ਕਿਉਂ ਇਹ ਕੰਧ ਜਿਹੜੀ ਤੋੜੀ ਗਈ, ਖਾਸ ਤੌਰ 'ਤੇ ਤੁਹਾਨੂੰ ਦੱਸਣਾ ਚਾਹਾਂਗੇ। ਅੱਜ ਜਦੋਂ 11 ਤਰੀਕ ਤੋਂ 19 ਤਰੀਕ ਹੋ ਗਈ ਕੋਈ ਕਾਰਵਾਈ ਨਹੀਂ ਹੋਈ ਤਾਂ ਖਾਸ ਤੌਰ 'ਤੇ ਬੁੱਢਾ ਦਲ ਦੇ ਗਿਆਨੀ ਸ਼ੇਰ ਸਿੰਘ ਜੀ ਵੀ ਬੁਲਾਏ ਗਏ ਨੇ, ਉਹਨਾਂ ਨੇ ਵੀ ਆ ਕੇ ਜਾਇਜ਼ਾ ਲਿਆ, ਦੇਖਿਆ ਵੀ ਕੀ ਮਾਮਲਾ ਸੀ, ਕਿਉਂ ਅਜੇ ਤੱਕ ਜਿਹੜੀ ਸੁਣਵਾਈ ਨਹੀਂ ਹੋਈ ਸਿੱਖਾਂ ਦੀ। ਗੱਲਬਾਤ ਕਰਾਂਗੇ, ਪਹਿਲਾਂ ਤਾਂ FIR ਤੋਂ ਹੀ ਸ਼ੁਰੂ ਕਰਦੇ ਆ ਵੀ ਮਾਮਲਾ ਹੋਇਆ ਕੀ ਸੀ? ਮਾਮਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਮਲਾ ਇਸ ਤਰ੍ਹਾਂ ਸੀਗਾ ਜੀ, 2 ਮਹੀਨੇ ਤੋਂ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਸੀਗਾ ਜੀ, ਮਿਸਤਰੀ ਲੱਗੇ ਹੋਏ ਸੀਗੇ ਜੀ, ਅਤੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ 7 ਫੁੱਟ 'ਤੇ ਚਾਰਦੀਵਾਰੀ ਕੀਤੀ ਸੀ ਔਰ ਗੁਰਦੁਆਰਾ ਸਾਹਿਬ ਦੀ 18 ਫੁੱਟ ਜਗ੍ਹਾ ਅੱਗੇ ਵੱਧਦੀ ਹੈ ਜੀ, ਠੀਕ ਹੈ ਜੀ। ਅਤੇ ਅਸੀਂ 7 ਫੁੱਟ 'ਤੇ ਗੇਟ ਲਾਉਣਾ ਸੀਗਾ ਕਿਉਂਕਿ ਅੰਦਰ ਕੁੱਤਾ ਬਿੱਲਾ ਨਾ ਵੜੇ, ਇਸ ਕਰਕੇ ਗੇਟ ਲਾਉਣਾ ਬਹੁਤ ਜ਼ਰੂਰੀ ਹੈਗਾ। ਖੁੱਲ੍ਹਾ ਹੋਇਆ ਸੀ ਇੱਥੋਂ ਸਾਰਾ, ਖੁੱਲ੍ਹਾ ਸੀਗਾ ਵੀ ਅੰਦਰ ਕੋਈ ਹਾਂਜੀ ਅਵਾਰਾ ਜਾਨਵਰ ਵੀ ਫਿਰਦੇ ਨੇ ਅਤੇ ਅੰਦਰ ਨਾ ਕੋਈ ਵੜੇ। ਅਤੇ ਅਸੀਂ 6:30 ਵਜੇ ਮਿਸਤਰੀ ਹਟ ਕੇ ਗਏ ਨੇ ਉਰੋਂ ਦੀ, ਅਤੇ ਉਸ ਤੋਂ ਬਾਅਦ 9:30 ਵਜੇ ਸਾਨੂੰ ਕਿਸੇ ਅਗਿਆਤ ਬੰਦੇ ਦਾ ਫੋਨ ਆਉਂਦਾ ਵੀ ਪਿੰਡ ਦੇ ਲੋਕ ਕੰਧਾਂ ਢਾ ਰਹੇ ਨੇ ਜੀ, ਅਤੇ ਤੁਰੰਤ ਮੈਂ ਮੋਟਰਸਾਈਕਲ ਚੱਕੀ ਅਤੇ ਮੈਂ ਪਿੰਡ 'ਚ ਪਹੁੰਚਿਆ।
ਠੀਕ ਹੈ ਜੀ। ਉਸ ਤੋਂ ਬਾਅਦ ਆ ਕੇ ਮੈਂ ਉਰੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਸਰਪੰਚ ਦੇ ਬਲਜੀਤ ਕੌਰ ਦੇ ਪਤੀ ਰਾਜੇਸ਼ ਖੜ੍ਹੇ ਸੀਗੇ, ਮੈਂ ਉਹਨਾਂ ਨੂੰ ਪੁੱਛਿਆ ਵੀ ਕੰਧਾਂ ਕਿਹਨੇ ਗੇਰੀਆਂ, ਕਹਿੰਦੇ ਅਸੀਂ ਗੇਰੀਆਂ, ਤੂੰ ਕਰ ਲਾ ਸਾਡਾ ਪਿੰਡ ਦੇ ਸਰਪੰਚ ਵੱਲੋਂ ਇਹ ਕਿਹਾ ਜਾਂਦਾ। ਹਾਂਜੀ, ਪਿੰਡ ਦੀ ਸਰਪੰਚ ਹੈਗੀ ਬਲਜੀਤ ਕੌਰ, ਉਹਦਾ ਪਤੀ ਹੈਗਾ ਜੀ ਰਾਜੇਸ਼ ਕੁਮਾਰ, ਉਹਨੇ ਕਿਹਾ ਵੀ ਕਰ ਲਾ ਕੀ ਕਰਦਾ ਹੈ, ਠੀਕ ਹੈ ਜੀ। ਅਤੇ ਅਸੀਂ ਹਜੇ ਕੁਛ ਵੀ ਹਜੇ ਅੱਗੋਂ ਅਸੀਂ ਕੁਛ ਨਹੀਂ ਕਿਹਾ ਸੀ, ਉਹਨਾਂ ਨੇ ਡੰਡੇ ਸੋਟੇ ਕੁਹਾੜੀਆਂ ਲੈ ਰਹੇ ਸੀ ਹੱਥ 'ਚ, ਉਹਨਾਂ ਸਾਡੇ ਦੋਨੋਂ ਭਰਾਵਾਂ ਦੇ ਬਰਸਾਤ ਦੀਆਂ, ਜਸਵੀਰ ਸਿੰਘ ਬ੍ਰਦਰ ਮੇਰਾ ਨਾਲ ਸੀਗਾ, ਠੀਕ ਹੈ ਜੀ। ਉਹਨਾਂ ਨੇ ਸਾਨੂੰ ਕੁਛ ਨਹੀਂ ਪੁੱਛਿਆ, ਉਹਨੇ ਮੇਰੇ ਸਿਰ 'ਚ ਕੁਹਾੜੀ ਮਾਰੀ, ਠੀਕ ਹੈ ਜੀ। ਮੈਂ ਲਹੂ ਲੁਹਾਨ ਆਪਣਾ ਗੁਰਦੁਆਰਾ ਸਾਹਿਬ ਵਿੱਚ ਵੜ ਕੇ ਆਪਣੀ ਜਾਨ ਬਚਾਈ। ਓਕੇ, ਤਾਂ 11 ਤਰੀਕ ਦਾ ਮਾਮਲਾ ਆ, ਐਫ ਆਈ ਆਰ ਦਰਜ ਹੋਈ ਆ, ਕਾਰਵਾਈ ਕਿਉਂ ਨਹੀਂ ਹੋਈ ਹੈਗੀ ਔਰ ਕਿੰਨਾ 'ਤੇ ਤੁਸੀਂ ਕਾਰਵਾਈ ਕਰਵਾਈ ਆ? ਕਾਰਵਾਈ ਜੀ, ਇਹ 5-6 ਭਰਾ ਨੇ ਜੀ, ਠੀਕ ਹੈ ਜੀ। ਆ ਪਿੰਡ ਦੇ ਸਾਹਮਣੇ ਜਿਹੜਾ ਘਰ ਹੈ ਜੀ, ਠੀਕ ਹੈ ਜੀ, ਇਸ ਇਹ ਵੀ ਵਿੱਚ ਇਨਵੋਲਵ ਸੀਗੇ 3-4 ਘਰ, ਠੀਕ ਹੈ ਜੀ। ਇਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਪਹਿਲੇ ਇਸ ਪਿੰਡ 'ਚ ਰਹਿੰਦੇ ਸੀ ਤੁਸੀਂ, ਇਹ ਗੁਰਦੁਆਰਾ ਸਾਹਿਬ ਤੁਸੀਂ ਵੀ ਬਣਵਾਇਆ ਸੀ? ਹਾਂ ਜੀ ਹਾਂ, ਸਾਡੇ ਬਜ਼ੁਰਗ ਰਹਿੰਦੇ ਸੀ, ਇਹ ਸਾਹਮਣੇ ਸਾਡੇ ਹੀ ਘਰ ਸੀਗੇ ਸਾਰੇ, ਅਤੇ ਸਾਡੇ ਬਜ਼ੁਰਗਾਂ ਨੇ ਕਿਸੇ ਟਾਈਮ 'ਚ ਇਹਨਾਂ ਨੂੰ ਵੇਚੇ ਸੀਗੇ ਜੀ, ਠੀਕ ਹੈ ਜੀ। ਆਹ ਸਾਡਾ ਗੁਰਦੁਆਰੇ ਦੀ ਜਗ੍ਹਾ ਸਾਡੇ ਬਜ਼ੁਰਗਾਂ ਦੀ ਸੀ, ਇੱਥੇ ਗੁਰਦੁਆਰਾ ਸਾਹਿਬ ਉਹਨਾਂ ਨੇ ਸੇਵਾ ਕਰਾਈ। ਤੂੰ ਚਲੇ ਗਏ ਡੇਰਿਆਂ 'ਤੇ ਚਲੇ ਗਏ ਪਰ ਗੁਰਦੁਆਰਾ ਸਾਹਿਬ ਜ਼ਰੂਰ ਆਉਂਦੇ? ਹਾਂਜੀ, ਸਵੇਰੇ ਸ਼ਾਮ ਰੂਟੀਨ ਹੈ ਜੀ ਸਾਡਾ, ਸਵੇਰੇ ਸ਼ਾਮ ਅਸੀਂ ਮੱਥਾ ਟੇਕਣ ਜ਼ਰੂਰ ਆਉਂਦੇ ਹਾਂ ਜੀ, ਸੇਵਾ ਕਰਾਉਂਦੇ ਹਾਂ ਜੀ। ਕਿੰਨੇ ਸਮੇਂ ਤੋਂ ਤੁਸੀਂ? ਸਾਡੇ ਬਜ਼ੁਰਗ ਤਾਂ 100 ਸਾਲ ਤੋਂ ਉੱਪਰ ਦੀ ਗੱਲ ਹੈਗੀ ਹੈ ਜੀ, ਸਾਡਾ ਤਾਂ ਪਿੰਡ ਦਾ ਰਿਕਾਰਡ ਵੀ 200 ਸਾਲ ਦਾ ਰਿਕਾਰਡ ਹੈਗਾ ਇਸ ਪਿੰਡ ਦਾ ਜੀ ਸਾਡਾ। ਅਤੇ ਹੁਣ ਕਿੰਨੇ ਘਰ ਹੈਗੇ ਇੱਥੇ? ਸਾਡੇ ਸਰਦਾਰਾਂ ਦੇ ਘਰ ਬਾਹਰ ਡੇਰਿਆਂ 'ਚ ਨੇ ਜੀ, ਠੀਕ ਹੈ ਜੀ। ਇਹ ਪਿੰਡ 'ਚ ਕੋਈ ਘਰ ਨਹੀਂ ਹੈਗਾ? ਪਿੰਡ 'ਚ 1-2 ਘਰ ਪਰਲੇ ਪਾਸੇ ਨੇ, ਹਾਂਜੀ 5-7 ਘਰ ਨੇ ਜੀ ਬਸ, ਜ਼ਿਆਦਾ ਜ਼ਿਆਦਾ। ਐਫ ਆਈ ਆਰ ਕਿੰਨੇ ਜਣਿਆਂ 'ਤੇ ਤੁਸੀਂ ਦਰਜ ਕਰਵਾਈ ਹੈ? 10 ਜਣਿਆਂ 'ਤੇ ਦਰਜ ਕਰਵਾਈ ਜੀ ਅਸੀਂ। ਹਾਂਜੀ, ਜਿਨ੍ਹਾਂ ਵੱਲੋਂ ਤੁਹਾਡੇ 'ਤੇ ਮਤਲਬ ਕਿ ਹਮਲਾ ਵੀ ਕੀਤਾ ਗਿਆ? ਹਾਂਜੀ, ਸਾਰਿਆਂ 10 ਦੇ 10 ਬੰਦਾ ਹਮਲਾ ਕਰਨ ਵਿੱਚ। ਉਹਨਾਂ ਵੱਲੋਂ ਕੀ ਕਿਹਾ ਗਿਆ ਵੀ ਇਹ ਕੰਧ ਕਿਉਂ ਕੀਤੀ ਗਈ ਇੱਥੇ? ਉਹਨਾਂ ਨੇ ਕੋਈ ਪੁੱਛਿਆ ਵੀ ਹੋਏਗਾ ਵੀ ਇਹ ਕੰਧ ਕਿਹੜੀ ਜਗ੍ਹਾ 'ਚ ਆਈ ਹੈਗੀ, ਕਿਸ ਤਰੀਕੇ ਦੇ ਨਾਲ? ਉਹਨਾਂ ਨੇ ਸਾਨੂੰ ਉਸ ਟਾਈਮ ਕੁਛ ਨਹੀਂ ਕਿਹਾ ਜੀ, ਉਹਨਾਂ ਨੇ ਕੰਧ, ਅਸੀਂ ਜਦੋਂ ਆਏ ਕੰਧ ਗਿਰੀ ਹੋਈ ਸੀਗੀ, ਉਹਨਾਂ ਨੇ ਅੰਧੇਰਾ ਕੀਤਾ ਹੋਇਆ ਸੀ, ਬਾਹਰ ਦੀਆਂ ਸਾਰੀਆਂ ਲਾਈਟਾਂ ਬੰਦ, 9:30 ਵਜੇ ਦਾ ਟਾਈਮ ਸੀਗਾ। ਸਾਨੂੰ ਤਾਂ ਉਹਨਾਂ ਨੇ ਸਿਰਫ ਆਉਂਦੇ ਸਾਰ ਢਾ ਲਿਆ ਵੀ ਬਸ ਅਸੀਂ ਇਹਨਾਂ ਨੂੰ ਮਾਰਨਾ ਜਾਣ ਤੋਂ। ਮਤਭੇਦ ਸੀ ਪਹਿਲਾਂ? ਕੋਈ ਮਤਭੇਦ ਨਹੀਂ ਹੈ ਸਾਡਾ ਉਹਨਾਂ ਨਾਲ ਜੀ। ਹਾਂਜੀ, ਔਰ ਇਹ ਜਗ੍ਹਾ ਕਿੰਨਾ ਵੱਲੋਂ ਦਿੱਤੀ ਗਈ ਹੈ ਤੁਹਾਨੂੰ? ਹਾਂਜੀ, ਇਹ ਜਗ੍ਹਾ ਕਿੰਨਾ ਵੱਲੋਂ ਦਿੱਤੀ ਗਈ ਸੀ? ਇਹ ਸਾਡੇ ਇਹ ਵਿਕਰਮ ਬ੍ਰਦਰ ਨੇ ਜੀ, ਮੈਂ ਇਹ ਬੀਬੀ ਜੀ ਪੁਰਾਤਨ 200 ਸਾਲ ਪਹਿਲਾਂ ਤੋਂ ਸਥਾਨ ਇੱਥੇ ਸਾਰਾ, ਇਹ ਘਰ ਸਾਰੇ ਜੋ ਵਿੱਚੇ ਹੋਏ ਨੇ ਇਹਨਾਂ ਨੇ ਵਿੱਚੇ ਇਹ ਸਥਾਨ, ਇਹਨਾਂ ਦੀ ਬਦਕਿਸਮਤੀ ਸੀ ਇਹਨਾਂ ਨੇ ਇਸ ਸਥਾਨ ਨੂੰ ਸੰਭਾਲਿਆ ਨਹੀਂ ਗਿਆ ਚੰਗੀ ਤਰ੍ਹਾਂ ਦੇ। ਇੱਥੇ ਕੱਚਾ ਗੁਰਦੁਆਰਾ ਸੀ, ਮੈਂ ਇੱਥੇ ਸੇਵਾ ਕਰਦਾ ਰਿਹਾ 3 ਸਾਲ, 4 ਸਾਲ ਮੈਂ ਸੇਵਾ ਕੀਤੀ ਹੈ 1990 ਵਿੱਚ। ਉਸ ਤੋਂ ਪਹਿਲਾਂ 60 ਸਾਲ ਦੇ ਗੁਰਦੁਆਰਾ ਪਹਿਲਾਂ ਹੀ ਬਣੇ ਹੋਏ ਸੀ, ਕਣੀਆਂ ਦੇ ਉੱਪਰ ਪਈਆਂ ਹੋਏ ਸੀ, ਇੱਥੇ ਚੁਣਦਾ ਸੀ, ਬਾਅਦ ਵਿੱਚ ਇਹਨਾਂ ਨੇ ਲੈਂਟਰ ਵਗੈਰਾ ਲਗਾਇਆ। ਇਹ ਜਿਹੜਾ ਸਥਾਨ ਹੈਗਾ ਇਹ ਗੁਰਦੁਆਰਾ ਸਾਹਿਬ ਦਾ ਸਥਾਨ ਹੈ। ਜਦੋਂ ਸੰਭਾਲਣ ਲੱਗੇ ਤਾਂ ਕੰਧ ਹੀ ਸਿੜਤੀ? ਹਾਂ, ਕੰਧ ਗਿਰਾ ਦਿੱਤੀ ਉਹਨੇ, ਕੀ ਪਤਾ ਕੀ ਨਾਰਾਜ਼ੀ ਹੋਈ ਉਹਨੇ ਕੀ ਤੰਗੀ ਹੈ। ਲੋਕ ਤੁਹਾਡੇ ਵੱਲੋਂ ਜਗ੍ਹਾ ਦਾਨ ਦਿੱਤੀ ਗਈ ਜੀ ਸਾਡੇ ਵੱਲੋਂ? ਇਹ ਤੁਹਾਡੀ ਕਿੰਨੀ ਜਗ੍ਹਾ ਸੀ ਜਿਹੜੀ ਤੁਸੀਂ ਦਾਨ ਕੀਤੀ ਸੀ? ਸਾਡੇ ਦੀ ਜੀ ਸਾਰੀ ਹੈ ਜਗ੍ਹਾ, ਦਿਖਾ ਵੀ ਦਿਓ ਤੁਸੀਂ ਸੁਦਰਸ਼ਕੋ, ਤੁਹਾਨੂੰ ਦਿਖਾ ਦਿੰਦੇ ਹਾਂ। ਗੁਰਦੁਆਰਾ ਸਿੰਘ ਸਭਾ ਤੁਸੀਂ ਦੇਖ ਸਕਦੇ, ਦਾਊ ਮਾਜਰਾ ਪਿੰਡ ਸ਼ਾਹਬਾਦ ਜ਼ਿਲ੍ਹਾ ਕੁਰੂਕਸ਼ੇਤਰਾ ਦੇ ਵਿੱਚ ਇਹ ਜਿਹੜੀ ਕੰਧ ਢਾਈ ਗਈ ਗੁਰਦੁਆਰਾ ਸਾਹਿਬ ਦੀ, ਇਹ ਤੁਹਾਡੀ ਜਗ੍ਹਾ ਹੈਗੀ ਜਿਹੜੀ ਦਾਨ ਕੀਤੀ ਸੀ? ਸਾਡੀ ਇਹ ਦਾਨ ਕੀਤੀ ਸਾਡੀ ਸੀ, ਇਹ ਵੀ ਸਾਡੀ ਦੀ ਸਾਰੀ ਜਿਹੜੀ ਬੱਚੀ ਹੋਈ ਹੈ ਜੀ ਅੱਗੇ ਵੀ। ਅੱਛਾ ਜੀ, ਇਹ ਵੀ ਸਾਰੀ ਤੁਹਾਡੀ? ਹਾਂ, ਸਾਡੀ ਜੀ। ਸਿੰਘਾਂ ਦਾ ਇਹੀ ਘਰ ਸੀ ਬੀਬੀ ਜੀ, ਇਹ ਸਾਰੀ ਥਾਂ ਇਹਨਾਂ ਨੇ ਇਹਨਾਂ ਨੂੰ ਵੇਚੀ ਹੋਈ ਹੈ। ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਨਾਰਾਜ਼ੀ ਹੋਈ ਹੈ, ਲੰਘਣ ਦਾ ਰਸਤਾ ਬਣਿਆ ਹੋਇਆ ਇਹ ਪੰਚਾਇਤ ਹੈ। ਇਹ ਪੰਚਾਇਤ ਜੋ ਇੰਟਾਂ ਲਾ ਦਿੰਦੀ ਹੈ ਨਾ, ਇਹਨਾਂ ਨੇ 1-1 ਏਕੜ ਦੇ ਖੇਤਾਂ ਵਿੱਚ ਲਾਏ ਹੋਏ ਨੇ, ਉਹ ਖੇਤ ਜਿਹੜੇ ਹੈਗੇ ਨੇ ਉਹ ਪੰਚਾਇਤ ਦੇ ਨਹੀਂ ਬਣ ਜਾਂਦੇ। ਪੰਚਾਇਤ ਭਾਈਬੰਦੀ ਦੇ ਤੌਰ 'ਤੇ ਅਗਰ 100-200-500 ਇੰਟਾਂ ਗੁਰਦੁਆਰਾ ਸਾਹਿਬ ਲਾ ਦੇਗੀ, ਗੁਰਦੁਆਰਾ ਸਾਹਿਬ ਪੰਚਾਇਤੀ ਕੋਈ ਹੋ ਜਾਏਗਾ ਜਾਂ ਕੋਈ ਮੰਦਰ ਪੰਚਾਇਤੀ ਬਣ ਗਿਆ। ਮੇਰੇ ਪਿੰਡ ਦੇ ਅੰਦਰ ਪੰਚਾਇਤ ਨੇ ਅੰਬੇਡਕਰ ਘਰ ਦੇ ਵਿੱਚ ਇੰਟਾਂ ਲਾਈਆਂ ਨੇ, ਸ਼ਿਵਜੀ ਮੰਦਰ ਵਿੱਚ ਆਈਆਂ, ਬੜਾ ਧੰਨਵਾਦ ਇਹ। ਲੇਕਿਨ ਉਹ ਪੰਚਾਇਤ ਦਾ ਕੋਈ ਹੋ ਜਾਏਗਾ ਮੰਦਰ, ਉਹ ਸੰਗਤ ਦਾ ਰਹੇਗਾ, ਪਿੰਡ ਦਾ ਰਹੇਗਾ, ਨਗਰ ਦਾ ਰਹੇਗਾ, ਪੰਚਾਇਤ ਦਾ ਨਹੀਂ ਹੋਏਗਾ। ਉਹਦੀ ਸੰਭਾਲ ਪੰਚਾਇਤ ਨਹੀਂ ਕਰੇਗੀ, ਸੰਗਤ ਕਰੇਗੀ, ਸੇਵਾਦਾਰ ਕਰਨਗੇ।
ਕੋਈ ਕਮਿਊਨਿਟੀ ਜਿਹੜੀ ਸੰਭਾਲਦੀ ਉਹ ਕਰੇਗੀ। ਇਹ ਜਗ੍ਹਾ ਦਾਨ ਕੀਤੀ ਸੀ ਤਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣੀ ਜਗ੍ਹਾ ਦੇ ਵਿੱਚ ਕੰਧ ਬਣਾ ਰਹੇ ਹਾਂ, ਤਾਂ ਇਹ ਕੀ ਕਿਹਾ ਗਿਆ? ਛੋਟੀ ਜੀ, ਸਾਡੀ ਉਮਰ ਤੋਂ ਬਹੁਤ ਪੁਰਾਣੀ ਦਾਨ ਕਰੀਬੀ ਆ ਜਗ੍ਹਾ, 75 ਸਾਲ ਦੀ ਬਹੁਤ ਪੁਰਾਣੀ ਦਾਨ ਕਰੀਬੀ ਆ। ਪ੍ਰਕਾਸ਼ ਹਰ ਕੋਈ ਆ ਕੇ ਨਤਮਸਤਕ ਹੁੰਦਾ ਆ, ਫਿਰ ਕਿਉਂ ਇਸ ਤਰੀਕੇ ਦਾ ਵਰਤੀਰਾ ਜਿਹੜਾ ਉਹ ਕੀਤਾ ਗਿਆ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕੀ ਕਹਿਣਾ ਚਾਹੋਗੇ, ਉਹਨਾਂ ਵੱਲੋਂ ਕਿਹਾ ਜਾ ਰਿਹਾ 11 ਤਰੀਕ ਨੂੰ FIR ਹੁੰਦੀ ਹੈ, ਕੁੱਟਮਾਰ ਵੀ ਕੀਤੀ ਜਾਂਦੀ ਹੈ, ਵੀਰ ਦੇ ਟਾਂਕੇ ਵੀ ਲੱਗੇ ਹੋਏ ਸੀ, ਕਾਫੀ ਜ਼ਖਮ ਗਹਿਰਾ ਸੀਗਾ, ਤਾਂ ਉਲਟਾ ਇਹ ਕਾਰਵਾਈ ਵੀ ਨਹੀਂ ਪੂਰੀ ਹੋਈ। ਇਹ ਬੜੀ ਮੰਦਭਾਟੀ ਘਟਨਾ ਵਾਪਰੀ ਇਸ ਨਗਰ ਦੇ ਵਿੱਚ। ਸਾਨੂੰ ਸੰਗਤ ਨੇ ਪਰਸੋਂ ਹੀ ਜਾ ਕੇ ਦੱਸਿਆ ਸੀ ਵੀ ਇੱਦਾਂ ਇਹ ਗੁਰੂ ਘਰ ਦੇ ਵਿੱਚ, ਗੁਰੂ ਘਰ ਦੀ ਜਗ੍ਹਾ ਇੱਕਦਮ ਪਹਿਲਾਂ ਧੱਕੇ ਨਾਲ ਵਰਤਦੇ ਰਹੇ, ਅਤੇ ਸੰਗਤਾਂ ਦੇ ਕੰਮਾਂ ਲਈ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਸੀ, ਕੁੱਤੇ ਵੜਦੇ, ਹੋਰ ਉਹਨਾਂ ਨੇ ਕੰਧ ਕੀਤੀ ਵੀ ਚਲੋ ਗੁਰੂ ਮਹਾਰਾਜ ਦੇ ਦਰਬਾਰ ਦੀ ਬੇਅਦਬੀ ਨਾ ਹੋਵੇ, ਅਤੇ ਗੁਰੂ ਘਰ ਦੀ ਕੰਧ ਤੋੜ ਕੇ ਅਤੇ ਇੰਨੀ ਬੇਅਦਬੀ ਕਰਕੇ ਇਹਨਾਂ ਨੇ ਬੜਾ ਵੱਡਾ ਗੁਨਾਹ ਕੀਤਾ। ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਅਤੇ ਇਹ ਬਖਸ਼ੇ ਨਹੀਂ ਜਾਣੇ ਚਾਹੀਦੇ ਬੰਦੇ। ਗੁਰੂ ਘਰ ਦੀ ਜਿਹੜੀ ਦੀਵਾਰ ਹੈ ਉਹ ਬਣਨੀ ਚਾਹੀਦੀ ਹੈ, ਤੇ ਇਹਨਾਂ ਕੋਲੋਂ ਬਣਵਾਉਣੀ ਹੈ। ਤੁਹਾਡੇ ਵੱਲੋਂ ਫਿਰ ਕੀ ਐਕਸ਼ਨ ਹੋਏਗਾ, ਕੀ ਕਾਰਵਾਈ ਕਰਵਾਈ ਜਾਏਗੀ? ਪ੍ਰਸ਼ਾਸਨ ਨੂੰ ਅਜੇ ਕਾਨੂੰਨੀ ਕਾਰਵਾਈ ਕਰਨ ਦਿਓ, ਜੇ ਉਹਨਾਂ ਨੂੰ ਗ੍ਰਿਫਤਾਰ ਕਰਨਗੇ ਔਰ ਇਹ ਕੰਧ ਬਣੇਗੀ ਤੇ ਠੀਕ ਹੈ, ਨਹੀਂ ਤੇ ਫਿਰ ਅਸੀਂ ਆਪਣੇ ਹਿਸਾਬ ਨਾਲ ਫਿਰ ਬੁੱਢੇ ਦਲ ਵੱਲੋਂ ਜੋ ਕਾਰਵਾਈ ਹੈ ਉਹ ਆ ਕੇ ਇੱਥੇ ਕੰਧ ਵੀ ਬਣਾਵਾਂਗੇ ਤੇ ਗੁਰੂ ਘਰ ਦੀ ਮਰਿਆਦਾ ਵੀ ਕਾਇਮ ਕਰਾਂਗੇ, ਕਿਉਂਕਿ ਗੁਰੂ ਘਰ ਸਾਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਗਾ। ਗੁਰੂ ਘਰ ਸਾਹਿਬ ਦਾ ਸਾਂਝਾ ਹੁੰਦਾ, ਹਿੰਦੂ ਮੁਸਲਮਾਨ ਕੋਈ ਆਵੇ ਇੱਥੇ ਗੁਰੂ ਘਰ 'ਚੋਂ ਕੜਾ ਪ੍ਰਸ਼ਾਦ ਅਤੇ ਲੰਗਰ ਮਿਲਦਾ, ਹਰ ਇੱਕ ਦਾ ਸਹਾਰਾ ਬਣਦਾ ਹੈ। ਅਤੇ ਜੇ ਰੱਬ ਦੇ ਘਰ ਦੇ ਉੱਤੇ ਇੱਦਾਂ ਹਮਲੇ ਕਰਨਗੇ ਤਾਂ ਫਿਰ ਇਹਨਾਂ ਦੇ ਘਰ ਕਿੱਥੋਂ ਵਸਣਗੇ? ਜੇ ਗੁਰੂ ਘਰ ਦੇ ਉੱਤੇ ਹਮਲਾ ਕਰਨਗੇ ਇਹਨਾਂ ਦੇ ਘਰ ਕਿਵੇਂ ਸੁਖੀ ਰਹਿਣਗੇ? ਤਾਂ ਇਹਨਾਂ ਨੂੰ ਸਮਝਣਾ ਚਾਹੀਦਾ, ਜਿਹੜੇ ਵੀ ਬੰਦੇ ਨੇ ਕਾਰਵਾਈ ਕੀਤੀ ਹੈ ਬਹੁਤ ਮਾੜੀ ਕੀਤੀ, ਅਸੀਂ ਇਹਦੇ ਖਿਲਾਫ਼ ਹਾਂ ਔਰ ਇਹਦੇ ਕਾਰਵਾਈ ਕਰਾਂਗੇ। ਇਹਨੂੰ ਛੇਤੀ ਤੋਂ ਛੇਤੀ ਦੀਵਾਰ ਬਣਾ ਕੇ ਗੁਰੂ ਘਰ ਦੀ ਬਿਲਡਿੰਗ ਨੂੰ ਸੁੰਦਰ ਬਣਾਉਣਾ ਚਾਹੀਦਾ, ਬਲਕਿ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਰਿਆਂ ਨੂੰ। ਤੁਹਾਡੇ ਕੋਲ ਪਹਿਲਾਂ ਵੀ ਪ੍ਰਾਤਨ ਜਿਹੜੀਆਂ ਇਮਾਰਤਾਂ ਹੈਗੀਆਂ, ਇਤਿਹਾਸਿਕ ਇਮਾਰਤਾਂ, ਤੁਸੀਂ ਉਹਨਾਂ ਦੀ ਵੀ ਸਾਂਭ ਸੰਭਾਲ ਕੀਤੀ ਹੈਗੀ ਆ, ਤਾਂ ਫਿਰ ਇਹਦਾ ਜਿਹੜਾ ਕਹਿ ਸਕਦੇ ਪ੍ਰਬੰਧ ਉਹ ਵੀ ਆਪਣੇ ਹੱਥਾਂ 'ਚ ਲਓਗੇ? ਸਾਡੇ ਕੋਲ ਹੀ ਹੈ ਪ੍ਰਬੰਧ, ਪ੍ਰਬੰਧ ਸਾਡੇ ਕੋਲ ਹੀ ਹੈ, ਪੰਥ ਕੋਲ ਹੀ ਹੈ, ਗੁਰਸਿੱਖਾਂ ਕੋਲ ਆ, ਜਿਹੜੇ ਵੀ ਸੇਵਾ ਕਰ ਰਹੇ ਨੇ ਸਾਡੇ ਹੀ ਨੇ ਜਿਹੜੇ ਇੱਥੇ ਬੈਠੇ ਨੇ, ਤੇ ਉਹਨਾਂ ਦੇ ਨਾਲ ਆ ਅਸੀਂ। ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਹੀ ਕਿਹਾ ਗਿਆ ਕਿ ਕੰਧ 80-25 ਹੈਗੀ ਆ, ਤੁਸੀਂ ਜੋ ਮਰਜ਼ੀ ਕਰ ਲਓ, ਹਾਲਾਂਕਿ ਪਿੰਡ ਦੇ ਸਰਪੰਚਾਂ ਵੱਲੋਂ ਤਾਂ ਕਹਿ ਸਕਦੇ ਆ ਕਿ ਗੁਰਦੁਆਰਾ ਸਾਹਿਬ ਦਾ ਪੂਰਾ ਮਾਣ ਸਤਿਕਾਰ ਵੀ ਹੋਣਾ ਚਾਹੀਦਾ ਆ, ਪਿੰਡ ਦਾ ਸਰਪੰਚ ਹੁੰਦਾ, ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਭਾਵੇਂ ਪਿੰਡ 'ਚ ਮਸੀਤ ਹੋਵੇ, ਭਾਵੇਂ ਮੰਦਰ ਹੋਵੇ, ਚਰਚ ਹੋਵੇ, ਗੁਰਦੁਆਰਾ, ਕੋਈ ਧਰਮ ਸਥਾਨ ਹੋਵੇ, ਉਹਦੀ ਸੇਵਾ ਸੰਭਾਲ ਕਰਾਵੇ, ਬਲਕਿ ਉਹਨੂੰ ਡਿਵੈਲਪ ਕਰੇ, ਉਹਨੂੰ ਹੋਰ ਜਗ੍ਹਾ ਦੇਵੇ, ਉਹਨੂੰ ਹੋਰ ਕੋਈ ਸੇਵਾ ਦੇਵੇ, ਅਤੇ ਇਹ ਥੋੜ੍ਹਾ ਵੀ ਗੁਰਦੁਆਰੇ ਦੀ ਜਗ੍ਹਾ ਕਬਜ਼ਾ ਕਰੇ ਅਤੇ ਢਾਵੇ ਅਤੇ ਬੇਅਦਬੀ ਕਰੇ, ਇਹ ਸਰਪੰਚ ਦਾ ਕੰਮ ਨਹੀਂ ਹੈ। ਜੇ ਸਰਪੰਚ ਇੱਦਾਂ ਕਰ ਰਿਹਾ ਤਾਂ ਬਹੁਤ ਗਲਤ ਕਰ ਰਿਹਾ, ਉਹਨੂੰ ਚਾਹੀਦਾ ਵੀ ਇਹ ਗੁਰੂ ਘਰ ਤੋਂ ਆ ਕੇ ਮਾਫ਼ੀ ਮੰਗੇ, ਕਿਉਂਕਿ ਗੁਰੂ ਸਾਹਿਬ ਤੋਂ ਬਖਸ਼ਿਸ਼ ਮਿਲ ਜਾਏਗੀ, ਜੇ ਨਾ ਮਾਫ਼ੀ ਮੰਗੀ ਗੁਰੂ ਘਰ ਤੋਂ ਤਾਂ ਗੁਰੂ ਮਹਾਰਾਜ ਦੀ ਕਰੋਪੀ ਮਿਲੇਗੀ। ਹੁਣ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਸੁਨੇਹਾ ਵੀ ਭੇਜਿਆ ਗਿਆ ਕਿ ਇੱਥੇ ਆ ਕੇ ਗੱਲਬਾਤ ਕਰਨ, ਵੀ ਕਿੰਨਾ ਵੱਲੋਂ ਕੰਧ ਜਿਹੜੀ ਉਹ ਢਾਈ ਗਈ ਹੈਗੀ? ਆਇਆ ਨਹੀਂ ਜੀ, ਨਹੀਂ ਆਇਆ, ਕਿਉਂਕਿ ਉਹ ਗੱਲ ਨਹੀਂ ਕਰਨੀ ਚਾਹੁੰਦੇ, ਉਹਨਾਂ ਦੇ ਮਨ 'ਚ ਪਾਪ ਹੈ ਜੀ।
ਜੇ ਉਹਨਾਂ ਦੇ ਮਨ ਦੇ ਵਿੱਚ ਹੋਵੇ ਵੀ ਅਸੀਂ ਪਿੰਡ ਦਾ ਭਾਈਚਾਰਾ ਕਾਇਮ ਰੱਖਣਾ, ਸਮਝੌਤੇ ਵਾਲੇ ਰਸਤੇ ਕਰਨ, ਲੜਾਈ ਝਗੜੇ ਵਾਲੀ ਗੱਲ ਨਾ ਕਰਨ, ਅਤੇ ਫਿਰ ਗੱਲ ਕੁਝ ਹੋਰ ਬਣਦੀ ਹੈ। ਜੇ ਉਹ ਮਾਹੌਲ ਹੀ ਜਾਣ ਬੁੱਝ ਕੇ ਇੱਦਾਂ ਦਾ ਕ੍ਰੀਏਟ ਕਰ ਰਹੇ ਨੇ ਵੀ ਸਿੰਘ ਦੇ ਸਿਰ 'ਚ ਕੁਹਾੜੀਆਂ ਮਾਰੀਆਂ ਨੇ, ਕੇਸ ਪੱਟੇ ਨੇ, ਧਾਰਮਿਕ ਭਾਵਨਾਵਾਂ ਨੂੰ ਗੁਰਦੁਆਰੇ 'ਤੇ ਹਮਲਾ ਕੀਤਾ, ਇਹ ਸਾਰਾ ਕੁਝ ਬਹੁਤ FIR 'ਚ ਦਿਖਾ ਦਿਓ ਕਿਹੜੀਆਂ ਕਿਹੜੀਆਂ ਧਾਰਾਵਾਂ ਜਿਹੜੀਆਂ ਉਹਨਾਂ 'ਤੇ ਲਾਈਆਂ ਗਈਆਂ, ਤਾਂ ਹੁਣ ਤੱਕ ਕਾਰਵਾਈ ਜਿਹੜੀ ਉਹ ਕਿਉਂ ਨਹੀਂ ਹੋਈ? ਉਹਨਾਂ ਦੇ ਉੱਤੇ ਗੱਲਬਾਤ ਉਹਨਾਂ ਦੇ ਉੱਤੇ 147, 148, 149, 295 ਏ, 323, 506, ਆਹ 6 ਧਾਰਾਵਾਂ ਲੱਗੀਆਂ, ਪਰ ਫਿਰ ਵੀ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਹੋ ਰਹੀ ਉਹਨਾਂ ਦੀ। ਉਹ ਖੁੱਲ੍ਹੇ ਫਿਰ ਰਹੇ ਨੇ, ਸਵੇਰੇ ਸਾਨੂੰ ਉਹ ਟੀਚਰਾਂ ਕਰ ਰਹੇ ਸੀ, ਅਸੀਂ ਜਾ ਰਹੇ ਸੀਗੇ ਵੀ ਅਸੀਂ ਆਜ਼ਾਦ ਫਿਰ ਰਹੇ ਹਾਂ, ਸਾਨੂੰ ਟੀਚਰਾਂ ਕਰ ਰਹੇ ਸੀਗੇ। ਦਰਸ਼ਕੋ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਕਿ ਜਿੱਥੇ ਕਹਿ ਰਿਹਾ ਕਿ ਕਾਰਵਾਈ ਨਹੀਂ ਹੋਈ ਉੱਥੇ ਵੀ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈਗਾ, ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਹਜੇ ਤੱਕ ਕਾਰਵਾਈ ਜਿਹੜੀ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਹੈਗੀ ਆ। ਸਮਝੌਤਾ ਦੋਵਾਂ ਧਿਰਾਂ ਵੱਲੋਂ ਬੈਠ ਕੇ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈਗਾ, ਜੇ ਉਹਨਾਂ ਦੀ ਜਗ੍ਹਾ ਤਾਂ ਉਸਦੇ ਬਾਰੇ ਵੀ ਜ਼ਰੂਰ ਦੱਸਿਆ ਜਾਵੇ, ਅਤੇ ਜੇ ਪੰਚਾਇਤੀ ਜਗ੍ਹਾ ਤਾਂ ਵੀ ਦੱਸਿਆ ਜਾਵੇ, ਜੇ ਕਿਸੇ ਸਿੱਖ ਨੇ ਦਾਨ ਕੀਤੀ ਆ ਤਾਂ ਉਸ ਬਾਰੇ ਵੀ ਸਪਸ਼ਟੀਕਰਨ ਕੀਤਾ ਜਾਵੇ ਕਿ ਇਹ ਜਿਹੜੀ ਜਗ੍ਹਾ ਉਹ ਗੁਰੂ ਘਰ ਦੀ ਹੈਗੀ ਆ, ਕਿਸੇ ਹੋਰ ਦੀ ਨਹੀਂ। ਇੱਥੇ ਜਿਹੜਾ ਕੰਧਾਂ ਨੂੰ ਚਾਰ ਦੀਵਾਰੀ ਜਿਸ ਤਰ੍ਹਾਂ ਕਹਿ ਸਕੀਏ ਕਿ ਅਸੀਂ ਚਾਰ ਦੀਵਾਰੀ ਕਰਨ ਦੀ ਜਿਹੜੀ ਪੂਰੀ ਮਰਿਆਦਾ ਹੈਗੀ ਗੁਰੂ ਘਰ ਦੀ, ਤਾਂ ਉਹ ਜ਼ਰੂਰ ਕਾਇਮ ਰੱਖੀ ਜਾਵੇ। ਸੋ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ, ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦੇ ਵੱਲੋਂ ਢਾਈ ਗਈ ਹੈਗੀ ਆ। ਸੋ ਸਰਪੰਚ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇੱਥੇ ਨਹੀਂ ਪਹੁੰਚ ਰਹੇ, ਗੱਲਬਾਤ ਕਰਨ ਤੋਂ ਆਨਾਕਾਨੀ ਕਰ ਰਹੇ ਨੇ। ਜਿੱਥੇ ਅਸੀਂ ਦੇਖਿਆ ਕਿ ਨਿਹੰਗ ਸਿੰਘ ਪਹੁੰਚੇ ਨੇ, ਤਾਂ ਹੋਰ ਵੀ ਕੋਈ ਜਥੇਬੰਦੀਆਂ ਆ ਕੇ ਜਾਇਜ਼ਾ ਲੈ ਰਹੀਆਂ ਨੇ? ਹਾਂਜੀ, ਜਿਹੜੀ ਆਪਣਾ ਹਰਿਆਣਾ ਪ੍ਰਬੰਧਕ ਕਮੇਟੀ ਬਣੀ ਹੈ ਜੀ, ਉਹ ਵੀ ਜਾਇਜ਼ਾ ਲੈ ਰਹੇ ਨੇ ਇਹਦਾ। ਉਹਨਾਂ ਕੋਲ ਵੀ ਮੈਸੇਜ ਹੈਗਾ ਜੀ ਵੀ ਹਾਂ ਜੀ ਅਸੀਂ ਦੇਖਾਂਗੇ ਆ ਕਰਕੇ ਵੀ ਕਿਵੇਂ ਕਿਸੇ ਗੁਰੂ ਘਰ ਦੀ ਦੁਕਾਨ ਤੋੜ ਸਕਦੇ ਨੇ। ਸਾਡੀ ਹੋਰ ਵੀ ਸੰਸਥਾਵਾਂ ਨਾਲ ਗੱਲ ਚੱਲ ਰਹੀ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨਾਲ ਵੀ ਗੱਲ ਹੋਈ ਹੈ ਜੀ। ਕਾਰਵਾਈ ਨਾ ਹੋਈ ਤਾਂ ਫਿਰ ਕੀ ਤੁਹਾਡੇ ਵੱਲੋਂ ਐਕਸ਼ਨ ਲਿਆ ਜਾਣਾ? ਅਸੀਂ ਪਹਿਲਾਂ ਤਾਂ ਦੇਖੋ ਜੀ ਪ੍ਰਸ਼ਾਸਨ ਵੱਲ ਹੱਥ ਜੋੜ ਰਹੇ ਹਾਂ, ਮਿਹਨਤ ਕਰ ਰਹੇ ਉਹਨਾਂ ਦੀ ਵੀ ਹਾਂ ਵੀ ਜੋ ਵੀ ਧਾਰਾਵਾਂ ਲੱਗੀਆਂ ਉਹਨਾਂ ਦੇ, ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨੂੰ ਚੱਕਿਆ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ। ਨਹੀਂ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਜੀ, ਜੋ ਬਾਬਾ ਜੀ ਕਰਨਗੇ ਉਹਨਾਂ ਦੀ ਆ ਜੀ। ਫਿਰ ਆਪਾਂ ਉਹਨਾਂ ਨੇ ਬਾਬਿਆਂ ਸੰਸਥਾ 'ਤੇ ਛੱਡਿਆ ਹੋਇਆ ਹੈ, ਅਤੇ ਇਕੱਠ ਵੱਡਾ ਹੋਏਗਾ, ਅਸੀਂ ਥਾਣੇ ਦਾ ਘਿਰਾਵ ਵੀ ਕਰਾਂਗੇ, ਅਸੀਂ ਸਾਰਾ ਕੁਛ ਕਰਾਂਗੇ ਫਿਰ ਜੀ। ਬਹੁਤ ਧੰਨਵਾਦ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜੇ ਸਿੱਖ ਸੰਗਤ ਦੇ ਮਨ ਦੇ ਵਿੱਚ ਰੋਸ ਹੈ ਕਿ ਜੇ ਇਹ ਕਾਰਵਾਈ ਨਾ ਕੀਤੀ ਗਈ, ਕਿਉਂਕਿ ਇਹ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਦੀ ਗੱਲ ਹੈ, ਜਿਸ ਤਰੀਕੇ ਦੇ ਨਾਲ ਕੰਧ ਨੂੰ ਢਾਇਆ ਗਿਆ, ਨਾ ਕਾਰਵਾਈ ਕੀਤੀ ਗਈ, ਨਾ ਕੰਧ ਦੁਬਾਰਾ ਹੋਣ ਦਿੱਤੀ ਜਾ ਰਹੀ ਹੈ, ਤਾਂ ਅੱਗੇ ਵੱਡਾ ਕੋਈ ਐਕਸ਼ਨ ਲਿਆ ਜਾਵੇਗਾ, ਥਾਣੇ ਦਾ ਘਿਰਾਓ ਵੀ ਕੀਤਾ ਜਾਵੇ। ਸਿੱਖ ਸੰਗਤਾਂ ਇਸ ਵਕਤ ਰੋਸ ਦੇ ਵਿੱਚ ਨੇ, ਉਹਨਾਂ ਵੱਲੋਂ ਇਕੱਠ ਵੀ ਕੀਤਾ ਜਾਏਗਾ। ਸੋ ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ, ਧੰਨਵਾਦ।